ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ, ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ, ਤੰਦਰੁਸਤ ਹੋਣਗੇ। ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਜੋ ਹੈ ਤੁਹਾਨੂੰ ਵੀ ਪਤਾ ਕਿ ਮੁੰਡੇ ਦਾ ਜੈਸ ਖਿਡਾਰੀ ਦਾ ਦੌਰ ਚੱਲ ਰਿਹਾ ਅੱਜ ਕੱਲ੍ਹ, ਹਰ ਥਾਂ ਤੇ ਸੱਥਾਂ ਦੇ ਵਿੱਚ ਧੋਣੀ ਗੱਲਾਂ ਕਰਦੇ ਆ ਕਿ ਜੋ ਹੈ ਸ਼ੀਲੂ ਮੁੰਡਾ ਇੱਕ ਉੱਠਿਆ ਹਰਿਆਣੇ ਚੋ, ਪੰਜਾਬ ਦੇ ਵਿੱਚ ਹਰ ਮੇਲੇ ਤੋਂ ਵੱਡਾ ਇਨਾਮ ਜਿੱਤੇ ਜਾਂਦਾ, ਵੱਡੀਆਂ ਵੱਡੀਆਂ ਚੀਜ਼ਾਂ ਜਿੱਤੇ ਜਾਂਦਾ ਉਸ ਖਿਡਾਰੀ ਦਾ ਜੋ ਨਹੀਂ ਖੇਡਦਾ ਕਾਫੀ ਵੀਰ, ਜਾਂ ਇੱਕ ਦੋ ਦਿਨ ਕਿਉਂਕਿ ਰੈਸਟ ਵੀ ਕਰਨੀ ਹੁੰਦੀ ਆ ਪਲੇਅਰ ਨੇ, ਜ਼ਰੂਰੀ ਆ। ਉਸਦੇ ਜੋ ਹੈ ਗੁੱਟ ਤੇ ਸੱਟ ਵੀ ਵੱਜੀ ਹੋਈ ਆ ਸ਼ੀਲੂ ਦੇ, ਤਾਂ ਕਰਕੇ ਜਦੋਂ ਨਹੀਂ ਖੇਡਦਾ ਤਾਂ ਵੀਰਾਂ ਨੂੰ ਜੋ ਫੈਨ ਹੁੰਦੇ ਆ ਉਸ ਵੀਰ ਦੇ, ਸਾਰੇ ਵੀਰ ਪੁੱਛਦੇ ਆ ਅੱਜ ਕਿਉਂ ਨਹੀਂ ਖੇਡਿਆ, ਮੇਜਰ ਲੀਗ ਦੇ ਵਿੱਚ ਕਿਉਂ ਨਹੀਂ ਖੇਡਦਾ, ਇਸ ਵਾਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ। ਉਸ ਤੋਂ ਪਹਿਲਾਂ ਨਵੇਂ ਆਏ ਹੋ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਸ਼ੀਲੂ ਜੋ ਹੈ ਦੋਸਤੋ ਮੇਜਰ ਲੀਗ ਦੇ ਵਿੱਚ ਵੈਸੇ ਨਹੀਂ ਖੇਡ ਰਿਹਾ ਬੇਓ ਪਲੈਂਟੀ ਦੇ ਵੱਲੋਂ, ਕਿਉਂਕਿ ਲਗਾਤਾਰ ਖੇਡਦਾ ਆ ਰਿਹਾ ਸੀ, ਪਹਿਲਾਂ ਕਾਫੀ ਮਿਲੇ ਉਹਦੇ ਸੱਟ ਵੀ ਵੱਜੀ ਸੀ, ਫਿਰ ਵੀ ਜੋ ਹੈ ਖੇਡਦਾ ਸੀਗਾ ਸ਼ੀਲੂ ਹਰਿਆਣੇ ਵਾਲਾ। ਹੁਣ ਜੋ ਹੈ ਕਿਉਂ ਨਹੀਂ ਖੇਡ ਰਿਹਾ ਮਿਲਕੇ ਦੇ ਵਿੱਚ, ਇਹ ਵੀਰ ਪੁੱਛ ਰਹੇ ਸੀਗੇ, ਇਹੀ ਕਾਰਨ ਆ। ਬਾਕੀ ਆਉਣ ਵਾਲੇ ਕੱਪਾਂ ਤੇ ਤੁਹਾਨੂੰ ਐ ਮਿਲਕੇ ਦੇ ਵਿੱਚ ਵੀ ਖੇਡਦਾ ਦੇਖਣ ਨੂੰ ਮਿਲੂਗਾ ਸ਼ੀਲੂ। ਤੇ ਜੋ ਹੈ ਸ਼ੀਲੂ ਹੁਣ ਕੱਲ ਨੂੰ ਮੂਣਕ ਦੇ ਕੱਪ ਤੇ ਵੀ ਖੇਡਣ ਜਾ ਰਹੇ ਆ, ਪੂਰੀ ਜਾਣਕਾਰੀ ਟੀਮ ਬਾਰੇ ਸੁਬਾਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ। ਬਾਕੀ ਸਾਰੀ ਸਟਾਰ ਆ ਅੱਜ ਕੱਲ ਸ਼ਾਜੀ ਦੀਆਂ ਵੀ ਗੱਲਾਂ ਹੁੰਦੀਆਂ, ਸਾਰੀ ਟੌਪ ਦੇ ਪਲੇਅਰ ਆ ਅੱਜ ਕੱਲ, ਸ਼ੀਲੂ ਦਾ ਵੀ ਦੌਰ ਚੱਲ ਰਿਹਾ ਮੁੰਡੇ ਦਾ। ਇੱਦਾਂ ਹੀ ਇਹ ਸਾਰੇ ਖਿਡਾਰੀ ਆਸਤੇ ਵਾਸਤੇ ਰਹਿਣ, ਵਧੀਆ ਜੋ ਹੈ ਹੋਰ ਤਰੱਕੀ ਕਰਨ, ਇਹੀ ਅਰਦਾਸ ਕਰਦੇ ਆ। ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ, ਲਾਈਕ ਵੀਡੀਓ ਜ਼ਰੂਰ ਕਰ ਜਿਓ, ਜੇਕਰ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਵੀ ਕਰ ਲਿਓ ਆਪਣਾ ਚੈਨਲ। ਧੰਨਵਾਦ।